ਹਾਂਜੀ ਸਤਿ ਸ਼੍ਰੀ ਅਕਾਲ ਜੀ YouTube ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇੱਕ ਹੋਰ ਪੰਜਾਬ ਦੇ ਮੌਸਮ ਦੇ ਸਬੰਧੀ ਅਤੇ ਨਾਲ ਲੱਗਦੇ ਸੂਬਿਆਂ ਦੇ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਦੇ ਬਦਲਦੇ ਮੌਸਮ ਦੇ ਤੇਜ਼ਰ ਦੇ ਬਾਰੇ ਵੀ ਗੱਲ ਕਰਾਂਗੇ ਕਿ ਅੱਜ 29 ਅਤੇ ਕੱਲ ਇੱਕ ਨੂੰ ਪੰਜਾਬ ਦੇ ਵਿੱਚ ਮੌਸਮ ਕਿੱਦਾਂ ਆ ਔਰ ਨਾਲ ਲੱਗਦੇ ਸੂਬਿਆਂ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਸਾਡੇ YouTube ਚੈਨਲ ਪੰਜਾਬ ਵੈਦਰ ਟੂਡੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਆਪਕੇ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਆਪ ਦੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸੋ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਜੀ ਆਪਾਂ ਵੀਡੀਓ ਦੀ ਜਾਣਕਾਰੀ ਦੇ ਵੱਲ ਵਧਦੇ ਹਾਂ ਜੀ ਜਿਵੇਂ ਹੁਣ ਪੰਜਾਬ ਦੇ ਵਿੱਚ ਇਸ ਵਾਰ ਮੌਸਮ ਵਿਭਾਗ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਗਰਮੀਆਂ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਗਰਮੀ ਆ ਜਿਹੜੀ ਉਹ ਪਵੇਗੀ ਸੋ ਉੱਤਰ ਪੱਛਮੀ ਤੇ ਪੱਛਮੀ ਤੇ ਮੱਧ ਭਾਰਤ ਚੋਂ ਮਾਰਚ ਤੋਂ ਮਈ ਦੇ ਦਰਮਿਆਨ ਇੱਕ ਵਾਰ ਤਾਪਮਾਨ ਅੱਧੇ ਡਿਗਰੀ ਤੋਂ ਲੈ ਕੇ 1 ਡਿਗਰੀ ਤੱਕ ਵਧੇਗਾ ਜਦਕਿ ਦੱਖਣੀ ਖੇਤਰਾਂ ਚੋਂ ਗਰਮੀ ਦਾ ਤਾਪਮਾਨ ਆਮ ਰਹੇਗਾ ਤੇ ਮੌਸਮ ਵਿਭਾਗ ਨੇ ਸ਼ੁੱਕਰ ਸ਼ਨੀਵਾਰ ਨੂੰ ਦੌਰਾਨ ਤਾਪਮਾਨ ਦੇ ਸਬੰਧੀ ਜਿਹੜਾ ਅੰਦਾਜ਼ਾ ਉਹ ਜਾਰੀ ਕੀਤਾ ਕਿ ਮਹਿਕਮੇ ਦੇ ਸੀਜ਼ਨਲ ਆਊਟਲੁੱਕ ਮੁਤਾਬਕ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਰਾਜਸਥਾਨ ਅਰੁਣਾਚਲ ਪ੍ਰਦੇਸ਼ ਚੋਂ ਅਗਲੇ ਜਿਹੜੇ ਕੁਝ ਦੇਨ ਉਹ ਤਾਪਮਾਨ 1 ਡਿਗਰੀ ਵੱਧ ਰਹੇਗਾ ਤੇ ਪੂਰੀ ਗਰਮੀ ਦੌਰਾਨ ਜੰਮੂ ਕਸ਼ਮੀਰ ਹਰਿਆਣਾ ਚੰਡੀਗੜ੍ਹ ਦਿੱਲੀ ਗੁਜਰਾਤ ਆ ਰਾਜਸਥਾਨ ਤੇ ਪੰਜਾਬ ਚ ਤਾਪਮਾਨ ਆਮ ਤੋਂ ਜਿਹੜਾ ਅੱਧੇ ਡਿਗਰੀ ਤੋਂ ਜ਼ਿਆਦਾ ਰਹੇਗਾ ਸੋ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਤਾਪਮਾਨ ਜਿਹੜਾ ਉਹ ਆਮ ਹੀ ਰਹੇਗਾ ਹਿਮਾਚਲ ਪ੍ਰਦੇਸ਼ ਪੰਜਾਬ ਉੱਤਰਾਖੰਡ ਦਿੱਲੀ ਹਰਿਆਣਾ ਰਾਜਸਥਾਨ ਬਿਹਾਰ ਦੇ ਕੁਝ ਇਲਾਕਿਆਂ ਚ ਜਿਹੜੀ ਤਾਪਮਾਨ ਵਧਣ ਦੀ ਸੰਭਾਵਨਾ ਉਹ 43% ਦਰਜ ਕੀਤੀ ਗਈ ਹੈ ਸੋ ਪੰਜਾਬ ਚ ਬਦਲਦੇ ਮੌਸਮ ਦੇ ਕਤੇਵਰਾ ਜਿਹੜੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਇੱਕ ਵਾਰ ਜਿਹੜਾ ਮੌਸਮ ਉਹ ਫਿਰ ਬਦਲ ਗਿਆ ਸੋ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਬਿਲੀ ਲਿਸ਼ੀਆਂ ਦੇ ਨਾਲ-ਨਾਲ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਤੇ ਨਾਲ ਗੜੇਮਾੜੀ ਦਾ ਵੀ ਖਦਸ਼ਾ ਜਿਹੜਾ ਉਹ ਵਿਭਾਗ ਦੇ ਵੱਲੋਂ ਜਤਾਇਆ ਜਾ ਰਿਹਾ ਹੈ 29 ਫਰਵਰੀ ਨੂੰ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਆਰੇਂਜ ਅਲਰਟ ਕੀਤਾ ਗਿਆ ਜਦਕਿ 1 ਮਾਰਚ ਨੂੰ ਸੂਬੇ ਦੇ 20 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆਰੇਂਜ ਅਲਰਟ ਕੀਤਾ ਗਿਆ ਹੈ ਸੋ 1 ਮਾਰਚ ਨੂੰ ਲਗਭਗ ਜਿਹੜਾ ਮੌਸਮ ਬਾਅਦ ਦੁਪਹਿਰ ਉਹ ਸਾਫ ਹੋ ਜਾਵੇਗਾ ਜੀ ਤੇ ਇਹਨਾਂ ਦੋ ਦਿਨਾਂ ਦੇ ਵਿੱਚ ਜਿਹੜੀ ਭਾਰੀ ਹਲਕੇ ਤੋਂ ਦਰਮਿਆਨੇ ਜਾਂ ਭਾਰੇ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਤੇ ਕਿਤੇ ਪੰਜਾਬ ਤੋਂ ਬਾਹਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਗੜੇਮਾਰੀ ਦੀ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਮੀਦ ਕੀਤੀ ਜਾ ਸਕਦੀ ਹੈ ਤੇ ਜਿਸ ਕਰਕੇ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ ਖਾਸ ਕਰਕੇ ਕਿਸਾਨ ਵੀਰਾਂ ਨੂੰ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ ਜੀ ਅਗਲੀ ਵੀਡੀਓ ਦੇ ਵਿੱਚ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਦਿਓ ਇਜਾਜ਼ਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰ ਦਿਓ ਆਪਣੇ ਕੀਮਤੀ ਵਿਚਾਰ ਥੱਲੇ ਕਮੈਂਟ ਦੇ ਵਿੱਚ ਦੇ ਦਿਓ ਜੀ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ